नमस्कार, सत श्री अकाल। अज मैं थोड़ा जा किसान वीर ये दसना चाहता कि जो तो ट्रैक्टर से नवा ले लेने जिम्मे के मैसी 9500 अज ट्रैक्टर इतने आया हुआ ट्रैक्टर पिछे जो रीपर पाने रीपर जो बैंडर ने वह अलग अलग तरह के रीपर बना कि अलग अलग तरह के किस तरह जिस तरह के जो गेयर होंगे रीपर का ओरी रैशो अलग अलग रही है जिम्मे एक बराबर का गेयर हो गया जा सवा का गेयर होंगे रीपर का जो देखा ए लग्या हुआ इतने जा फिर हुंदा डेढ़ दा हुंदा है जिहड़ा रीपर डेढ़ दा ए किवें हो गया जिवें कि पीटीओ जिहड़ी ट्रैक्टर तों आउंदी है जदों 1800 ते ट्रैक्टर चलदा ते 540 बणदे आ इह असीं 9500 नूं जिवें लाईए ट्रैक्टर नूं मैसी फर्गूसन नूं पीटीओ जो 540 बणदे आ ते 500 जे बराबर दा इह उह 540 इधरों बण के सीधे आ के इत्थे अपना जिहड़ी ड्राइविंग पुली है जिहड़ी थ्रैशर दी ड्राइव करदी है इह पुली ते इत्थे आ जांदे 540 ਇਹ 540 ਜਦੋਂ ਇੱਥੇ ਆਉਂਦੇ ਆ ਤੇ ਇੱਥੋਂ ਅੱਗੇ ਜਿਹੜੀ ਡਰਾਈਵਿੰਗ ਪੁਲੀ ਨੂੰ ਇਹ ਚਲਾਉਂਦੀ ਆ ਪੁਲੀ ਤੇ ਇੱਥੇ ਥ੍ਰੈਸ਼ਰ ਦੇ ਜਿਹੜੇ ਉਸ ਟਾਈਮ ਦੇ ਵਿੱਚ ਚੱਕਰ ਚਾਹੀਦੇ ਨੇ 800 850 ਤੇ 900 ਦੇ ਵਿੱਚ ਜਦੋਂ 850 ਤੇ 900 ਦੇ ਵਿੱਚ ਇਹ ਚੱਕਰ ਚਾਹੀਦੇ ਨੇ ਇੱਥੇ ਜਿਹੜੇ ਚੱਕਰ ਆ ਗਏ ਨੇ ਉਸ ਟਾਈਮ ਦੇ ਵਿੱਚ ਬਰਾਬਰ ਦੇ ਜਿਹੜਾ ਗੇਅਰ ਹੁੰਦਾ ਉਹ ਤੇ 540 ਦੇ ਜਿਵੇਂ 16 ਦੀ ਪੁਲੀ ਅਸੀਂ ਇੱਥੇ ਪਾ ਦਈਏ ਤੇ ਇੱਧਰ ਉਸ ਦੇ ਹਿਸਾਬ ਨਾਲ ਇੱਥੇ ਸਾਨੂੰ 10 ਦੀ ਪੁਲੀ ਪਾਣੀ ਪੈਣੀ ਹੈ ਜਦੋਂ 16-10 ਦੀ ਪੁਲੀ ਪਾਤੀ ਹੈ ਤਾਂ ਉਸ ਟਾਈਮ ਦੇ ਵਿੱਚ ਜਿਹੜੇ ਚੱਕਰ ਬਣਨਗੇ अपना थ्रैशर दे 864 थ्रैशर बन चक्कर बनने उस टाइम क्योंकि इतने कितने बने 540 इतने 16 की पुली पाई है अपने इस जगह से ड्राइविंग पुली जी है फिर ड्राइविंग पुली जी है 10 की पाई है 540 देने वधा के इतो चक्कर थ्रैशर जो चाहिए थे 864 जो चक्कर हो गए जाने के 550 तो 900 चाहिए होंगे ने इस तरह ही चक्कर बन गए इस तरह ही अगे जाइए जे यही जरा गेयर है कई रीपर दे विच स्टॉर रीपर दे विच सवा दा गेयर आउंदा है जदों सवा दा गेयर है जाने कि पीटीओ जदों एक चक्कर कढ़दी है तां इत्थे सवा चक्कर निकलदा है सवा चक्कर जदों निकलूगा इत्थे तां इत्थे जिहड़े आरपीएम ने वध जाणगे 540 उत्थे सीगे इत्थे जिहड़े आरपीएम ने मैं तुहानूं दस्सांगा इह 600 जिहड़े 75 आरपीएम इत्थे निकल आउणगे 675 आरपीएम सेम पुली ते असीं लावांगे तां इस जगह ते आरपीएम थोड़े बहुत ज्यादा वध जाणगे 900 तों उपर चले जाणगे फिर ट्रैक्टर लोड मनना शुरू हो जाएगा उस कारण सानू इत्थे 3 इंच का फर्क पाना पैना पुली का 3 इंच का इत्थे साडी जिहड़ी 3 इंच छोटी पुली जाने की 16 दी इत्थे 13-10 दी पुली पा देनी है जिस करके थ्रैशर दे जिहड़े आरपीएम रहणगे ओह रहणगे 877 थोड़े जिहे मैं कि 850 ते 900 दे विच रह गए 877 इह जिहड़ा इदां ही फिर डेढ़ दा आ जांदा है इक डेढ़ दा किवें ਇੱਥੇ ਜਦੋਂ ਪੀਟੀਓ ਦੇ ਆਰਪੀਐਮ ਜਿਹੜੇ ਬਣਦੇ ਨੇ 540 ਨੇ ਇੱਥੇ ਇੱਕ ਚੱਕਰ ਲਾਉਂਦੀ ਆ ਉੱਥੇ ਜਾ ਕੇ ਇਹ ਡੇਢ ਚੱਕਰ ਲਾਊਗੀ ਪੀਟੀਓ ਜਿਹੜੀ ਡਰਾਈਵਿੰਗ ਪੁਲੀ ਹੈ ਇਹ ਤੇ ਉੱਥੇ ਜਿਹੜਾ 540 ਦੇ ਇੱਥੇ ਜਿਹੜੇ ਚੱਕਰ ਬਣਨਗੇ ਤੁਹਾਨੂੰ ਬਹੁਤ ਜ਼ਿਆਦਾ ਮੈਂ ਦੇਖ ਕੇ ਤੁਹਾਨੂੰ ਇਹ ਬਣ ਗਏ 810 ਦੇਖੋ 810 ਇੱਥੇ ਬਣ ਚੁੱਕੇ ਨੇ ਜਦੋਂ ਪੀਟੀਓ 540 ਘੁਮਾ ਰਹੀ ਹੈ ਲੇਕਿਨ ਇੱਥੇ 810 ਹੈ ਇੱਥੇ ਜਿਹੜੀ ਪੁਲੀ ਹੈ ਸਾਡੀ 13 ਦੀ ਪਈ ਹੋਈ ਸੀ ਜਿਵੇਂ ਇੱਥੇ ਤੁਹਾਨੂੰ ਪੁਲੀ ਹੋਰ ਸਾਈਜ਼ ਛੋਟਾ ਕਰਨਾ ਪੈਣਾ ਯਾਨੀ ਕਿ ਇੱਥੇ 10 ਦੀ ਪੁਲੀ ਦਾ ਸਾਈਜ਼ ਰੱਖਣਾ ਪੈਣਾ ਇੱਥੇ ਸਾਈਜ਼ ਜਿਹੜਾ ਛੋਟਾ ਕਰਨਾ ਪੈਣਾ ਉਹ ਜਿਹੜਾ ਸਾਈਜ਼ ਆ ਮੈਂ ਤੁਹਾਨੂੰ ਦੱਸ ਦਿੰਦਾ ਮੇਰੇ ਕੋਲ ਲਿਖਿਆ ਵੀ ਹੋਇਆ ਵੈਸੇ ਇੱਥੇ 11 ਦੀ ਪੁਲੀ ਪਾਉਣੀ ਹੈ ਇੱਕ ਦੰਦੇ ਦਾ ਫਰਕ ਇੱਕ ਯਾਨੀ ਕਿ 1 ਇੰਚ ਦਾ ਹੀ ਫਰਕ ਪਾਉਣਾ ਜਿਵੇਂ ਆਪਾਂ ਪਹਿਲਾਂ 6 ਇੰਚ ਦਾ ਪੁਲੀਆਂ ਦਾ ਫਰਕ ਪਾਇਆ ਸੀ ਇਹਨਾਂ ਦੋਨਾਂ ਦਾ ਫਿਰ 3 ਇੰਚ ਦਾ ਫਰਕ ਪਾਇਆ ਸੀ ਦੋਨਾਂ ਦਾ ਆਪਸ ਵਿੱਚ ਹੀ ਇਹ 3 ਇੰਚ ਵੱਡੀ ਸੀਗੀ ਇੱਥੇ ਹੁਣ ਇਹਦੇ ਨਾਲੋਂ ਇਹ 10 ਦੀ ਰਹਿ ਜਾਏਗੀ ਇੱਥੇ ਇਹ 11 ਇੰਚ ਦੀ ਪੁਲੀ ਰਹਿ ਜਾਏਗੀ ਜਦੋਂ 11 ਇੰਚ ਰਹਿ ਗਈ ਫਿਰ ਥ੍ਰੈਸ਼ਰ ਦਾ ਜਿਹੜਾ ਜਿਹੜੇ ਆਰਪੀਐਮ ਹੋਣਗੇ ਉਹ ਤੁਹਾਡੇ ਉਹੀ 898 ਆਰਪੀਐਮ ਰਹਿਣਗੇ ਯਾਨੀ ਕਿ 890 ਦੇ ਵਿੱਚ ਹੀ ਰਹਿਣਗੇ 899 ਟਰੈਕਟਰ ਉੱਥੇ ਬਹੁਤ ਵਧੀਆ ਚੱਲੂਗਾ 18 ਦੀ ਸਪੀਡ ਤੇ ਤੁਸੀਂ ਰੱਖੋਗੇ ਟਰੈਕਟਰ ਨੂੰ ਤਾਂ ਆਰਪੀਐਮ ਇੱਥੇ ਪੂਰਾ ਥ੍ਰੈਸ਼ਰ ਚੱਲੂਗਾ ਤੇ ਉੱਥੇ 1700 ਤੇ ਦਬ ਕੇ ਆ ਜਾਏਗਾ ਤਾਂ ਪੂਰਾ ਤੁਹਾਡਾ ਮੈਚਿੰਗ ਹੋ ਜਾਏਗੀ ਆਰਪੀਐਮ ਦੀ ਔਰ ਟਰੈਕਟਰ ਡੀਜ਼ਲ ਵੀ ਘੱਟ ਖਾਏਗਾ ਤੇ ਵਧੀਆ ਵੀ ਚੱਲੇਗਾ ਹੁਣ ਮੈਂ ਇੱਕ ਤਰੀਕਾ ਹੋਰ ਦੱਸਦਾ ਪਾਵਰ ਕਿਵੇਂ ਆਉਂਦੀ ਹੈ ਪੀਟੀਓ ਚਲਾਉਂਦੀ ਹੈ ਟਰੈਕਟਰ 1800 ਆਰਪੀਐਮ ਚੱਲਦਾ ਪੀਟੀਓ ਦੇ 540 ਬਣਦੇ ਆ ਫਿਰ ਗੇਅਰ ਦੇ ਵਿੱਚ ਆਉਂਦੇ ਆ ਗੇਅਰ ਜੇ ਤਾਂ ਬਰਾਬਰ ਦਾ ਤਾਂ ਬਰਾਬਰ ਦੀ ਇੱਥੇ ਸਪੀਡ ਕੱਢੇਗਾ ਜਿਵੇਂ ਮੈਂ ਦੱਸਿਆ ਜੇ ਰੈਸ਼ੋ ਵਾਲਾ ਕਿੰਨੀ ਰੈਸ਼ੋ ਵਾਲਾ 1 ਦੀ ਹੈ ਜਾਂ ਡੇਢ ਦੀ ਹੈ ਜਾਂ ਸਵਾ ਦੀ ਹੈ ਉਹ ਦੱਸ ਦੇਗਾ ਫਿਰ ਉਸ ਤਰ੍ਹਾਂ ਇਹ ਡਰਾਈਵਿੰਗ ਪੁਲੀ ਤੇ ਆ ਜਾਏਗੀ ਡਰਾਈਵਿੰਗ ਪੁਲੀ ਕਿਆ ਕਰੇਗੀ ਅੱਗੇ ਡਰਾਈਵਿੰਗ ਪੁਲੀ ਜੇ ਘੁਮਾਉਣ ਵਾਲੀ ਇਹ ਘੁੰਮਣ ਵਾਲੀ ਹੈ ਤੇ ਘੁਮਾਉਣ ਵਾਲੀ ਨੂੰ ਘੁਮਾਏਗੀ ਫਿਰ ਥ੍ਰੈਸ਼ਰ ਚੱਲਦਾ ਹੈ ਇਸ ਤਰ੍ਹਾਂ ਇਹ ਸਿਸਟਮ ਹੈ ਇਸ ਤਰੀਕੇ ਨਾਲ ਸਾਨੂੰ ਪੁਲੀਆਂ ਚੇਂਜ ਕਰਕੇ ਇਹ ਟਰੈਕਟਰ ਤੁਹਾਡਾ ਬਹੁਤ ਵਧੀਆ ਡੀਜ਼ਲ ਘੱਟ ਖਾਏਗਾ ਤੇ ਕੰਮ ਵਧੀਆ ਕਰੇਗਾ ਜ਼ਿਆਦਾ ਕਰਕੇ ਆਏਗਾ ਟਰਾਲੀ ਛੇਤੀ ਭਰੇਗਾ ਇਹ ਹੋ ਗਿਆ ਇਹ ਅਸੀਂ ਕਰਕੇ ਵੀ ਦੇਖਿਆ ਯਾਨੀ ਕਿ ਚਲਾ ਕੇ ਦੇਖਿਆ ਉਹਦੇ ਅੱਗੇ ਮੈਂ ਦੱਸਾਂਗਾ ਜੀ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰ ਆਪਾਂ ਇਹ ਵੀਡੀਓ ਤੁਹਾਡੇ ਲਈ ਲੈ ਕੇ ਆਏ ਜੀ
ਇਹਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਕਿ ਹੁਣ ਰੀਪਰ ਦਾ ਸੀਜ਼ਨ ਚੱਲ ਰਿਹਾ ਹੈ ਤੇ ਰੀਪਰ ਦੇ ਸੀਜ਼ਨ ਦੇ ਵਿੱਚ ਆਪਾਂ ਨੂੰ ਸਾਰੇ ਟਰੈਕਟਰਾਂ ਤੇ ਲਗਭਗ ਪ੍ਰੋਬਲਮ ਆਉਂਦੀ ਹੈ ਜੀ ਕਿ ਟਰੈਕਟਰ ਦੇ ਚੱਕਰ ਜਿਹੜੇ ਰੀਪਰ ਨਾਲ ਮੈਚ ਨਹੀਂ ਹੈਗੇ ਤਾਂ ਉਹ ਮੈਚ ਕਰਾਉਣ ਲਈ ਆਪਾਂ ਨੂੰ ਇੱਕ ਟੈਕੋਮੀਟਰ ਆਉਂਦਾ ਆ ਜੀ ਤਾਂ ਇਹਦੀ ਸਾਨੂੰ ਲੋੜ ਪੈਂਦੀ ਆ ਵੀ ਚੱਕਰ ਆਪਾਂ ਕਿੱਦਾਂ ਚੈੱਕ ਕਰ ਸਕਦੇ ਹਾਂ ਜੀ ਤਾਂ ਇਹ ਕਈ ਵਾਰ ਆਪਾਂ ਨੂੰ ਯੂਜ ਕਰਨ ਦੇ ਵਿੱਚ ਥੋੜ੍ਹੀ ਦਿੱਕਤ ਆਉਂਦੀ ਆ ਤਾਂ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਹ ਵੀਡੀਓ ਦੇ ਵਿੱਚ ਕਿ ਇਹਨੂੰ ਕਿੱਦਾਂ ਯੂਜ ਕਰਨਾ ਜੀ ਇਹ ਸਰ ਟੇਪ ਆ ਜੀ ਇਹ ਤੁਹਾਨੂੰ ਟੈਕੋਮੀਟਰ ਦੇ ਨਾਲ ਬਾਕਸ ਦੇ ਵਿੱਚ ਆਊਗੀ ਆਪਾਂ ਕੈਂਚੀ ਦੇ ਨਾਲ ਇਹਦਾ ਇੱਕ ਛੋਟਾ ਜਿਹਾ ਟੁਕੜਾ ਕੱਟ ਲੈਣਾ ਆ ਜੀ ਅਤੇ ਜਿਹੜੀ ਆਹ ਮਤਲਬ ਪੁੜੀ ਦੇ ਆਪਾਂ ਚੱਕਰ ਮੈਚ ਕਰਾਉਣੇ ਆ ਆਪਾਂ ਉਹਦੇ ਚੱਕਰ ਦੇਖਣੇ ਆ ਜੀ ਤਾਂ ਇਹ ਜਿਹੜਾ ਟੇਪ ਦਾ ਟੁਕੜਾ ਅਸੀਂ ਉਹਦੇ 'ਤੇ ਚਿਪਕਾ ਦੇਣਾ ਹੈ ਜੀ ਅਤੇ ਉਸ ਤੋਂ ਬਾਅਦ ਟੈਕੋਮੀਟਰ ਔਨ ਕਰਕੇ ਇਹਦੇ ਵਿੱਚ ਇੱਕ ਰੈੱਡ ਕਲਰ ਦੀ ਤੁਹਾਨੂੰ ਲੇਜ਼ਰ ਦਿਖੂਗੀ ਜੀ ਉਹਦੇ ਨਾਲ ਇਹਨੂੰ ਇੱਕ ਵਾਰੀ ਆਪਾਂ ਟਰੈਕ ਕਰ ਲੈਣਾ ਜੀ ਜਦ ਇਹ ਟਰੈਕ ਹੋ ਗਿਆ ਇੱਦਾਂ ਤਾਂ ਫਿਰ ਆਪਾਂ ਹੁਣ ਟਰੈਕਟਰ ਸਟਾਰਟ ਕਰਕੇ ਇਹ ਪੁੜੀ ਦੇ RPM ਦੇਖਾਂਗੇ ਜੀ ਕਰੋ ਜੀ ਸਟਾਰਟ ਟਰੈਕਟਰ ਜਿਹੜੇ ਆਪਾਂ ਹੁਣ ਤੁਹਾਨੂੰ ਚੱਕਰ ਦਿਖਾ ਰਹੇ ਕਿ ਇਸ ਟਰੈਕਟਰ ਦੇ ਉੱਤੇ ਜਿਹੜੇ ਪੁਲੀਅਰ ਦੇ ਹਿਸਾਬ ਨਾਲ ਸੀ ਇਹਨਾਂ ਦੇ RPM ਸੈੱਟ ਕੀਤੇ ਨੇ ਇਹ ਤਕਰੀਬਨ ਆਪਾਂ ਨੂੰ 1500 RPM ਦੇ ਉੱਤੇ ਜਿਹੜਾ ਕਿ ਆਪਣੇ ਰਿਕੁਆਇਰਡ ਜਿਹੜੇ 850 ਅਤੇ 900 ਦੇ ਵਿੱਚ ਜਿਹੜੇ RPM ਦੇ ਰਿਹਾ ਆਪਣੇ ਪ੍ਰੈਸ਼ਰ 'ਤੇ